ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਅਰਸ਼ਦੀਪ ਇਸ ਪਲੇਟਫਾਰਮ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਇਸ ਵੀਡੀਓ ਦੇ ਵਿੱਚ ਆਪਾਂ ਅੱਜ ਦੇ ਯਾਨੀ ਕਿ 6 ਅਪ੍ਰੈਲ ਦਿਨ ਸੋਮਵਾਰ ਦੇ ਕਰੰਟ ਅਫੇਅਰ ਡਿਸਕਸ ਕਰਾਂਗੇ। ਉਸ ਤੋਂ ਪਹਿਲਾਂ ਕਰੰਟ ਅਫੇਅਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਕਾਫੀ ਸਟੂਡੈਂਟ ਦਾ ਡਾਊਟ ਹੈਗਾ, ਉਹ ਮੈਂ ਕਲੀਅਰ ਕਰਨਾ ਸੀਗਾ। ਦੋ ਯੂਟਿਊਬ ਚੈਨਲਸ ਨੂੰ ਲੈ ਕੇ, ਕਿਹੜੇ ਚੈਨਲ? ਇੱਕ ਤਾਂ ਆਪਣੇ ਵਾਲਾ ਚੈਨਲ ਹੋ ਗਿਆ ਮਾਸਟਰ ਕਲਾਸਿਸ ਦੇ ਨਾਮ ਤੇ ਜਿਹੜਾ ਬਣਿਆ ਹੋਇਆ, ਤੇ ਦੂਸਰਾ ਹੈਗਾ ਜੀ ਮਾਸਟਰ ਕਲਾਸਿਸ ਪਟਿਆਲਾ, ਇਹ ਵੀ ਇੱਕ ਯੂਟਿਊਬ ਚੈਨਲ ਹੈਗਾ। ਹੁਣ ਇਹ ਚੈਨਲ, ਪਹਿਲੀ ਗੱਲ ਦੇਖੋ, ਜਿਹੜਾ ਮਾਸਟਰ ਕਲਾਸਿਸ ਪਟਿਆਲਾ ਹੈਗਾ ਉਹ ਤਾਂ ਸਾਡੇ ਇੰਸਟੀਟਿਊਟ ਹੈ ਜਿਹੜਾ ਪਟਿਆਲਾ, ਪਟਿਆਲੇ ਵਿਖੇ ਮਾਸਟਰ ਕਲਾਸਿਸ ਕੋਚਿੰਗ ਇੰਸਟੀਟਿਊਟ ਹੈਗਾ, ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਇੰਸਟੀਟਿਊਟ ਹੈਗਾ, ਤੇ ਉਹਨਾਂ ਦਾ ਉਪਰਾਲਾ। ਉੱਥੇ ਮੇਰੇ ਉਸਤਾਦ ਗੁਰੂ ਜੀ ਗੁਰਸ਼ਰਨ ਸਿੰਘ ਜੀ ਪੜ੍ਹਾਉਂਦੇ ਨੇ, ਨਾਲ ਉਹਨਾਂ ਦੇ ਫੈਕਲਟੀ ਮੈਂਬਰ ਨੇਗੇ ਰਸ਼ਵਿੰਦਰ ਬਾਈ, ਪ੍ਰਦੀਪ ਬਾਈ, ਠੀਕ ਹੈ, ਉਹ ਵੀ ਪੜ੍ਹਾਉਣਗੇ। ਪੜ੍ਹਾਉ ਰਸ਼ਵਿੰਦਰ ਸਰ ਤਾਂ ਪੜ੍ਹਾਉਂਦੇ ਨੇ, ਤੇ ਪ੍ਰਦੀਪ ਬਾਈ ਵੀ ਅੱਗੇ ਜਾ ਕੇ ਤੁਹਾਨੂੰ ਪੜ੍ਹਾਉਂਦੇ ਮਿਲਣਗੇ ਉੱਥੇ ਉਸ ਪਲੇਟਫਾਰਮ ਦੇ ਉੱਪਰ। ਤੇ ਦੇਖੋ, ਉਹ ਉਪਰਾਲਾ ਸ਼ੁਰੂ ਕਰਨ ਦੀ ਵਜ੍ਹਾ ਵੀ ਤੁਹਾਨੂੰ ਮੈਂ ਦੱਸ ਦਿੰਦਾ। ਕੋਰੋਨਾ ਵਾਇਰਸ ਕਰਕੇ ਲੋਕਡਾਊਨ ਹੋਇਆ ਹੋਏਗਾ, ਤੇ ਉਸ ਗੱਲ ਦੀ ਚਿੰਤਾ ਨੂੰ ਜ਼ਾਹਿਰ ਕਰਦੇ ਹੋਏ ਕਾਫੀ ਸਟੂਡੈਂਟ ਦਾ ਇਹ ਮਤਲਬ ਉਹਨਾਂ ਨੂੰ ਦਿੱਕਤ ਆ ਰਹੀ ਸੀਗੀ ਵੀ ਹੁਣ ਸਟੱਡੀ ਕਿਵੇਂ ਕਰੀਏ, ਤਾਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਸੀਗਾ ਸਾਡੇ ਉਸਤਾਦ ਜੀ ਵੱਲੋਂ। ਉਹ ਕਹਿੰਦੇ ਵੀ ਆਪਾਂ ਆਨਲਾਈਨ ਪਲੇਟਫਾਰਮ ਤੇ ਜਿਹੜਾ ਟਿਊਸ਼ਨ ਤੇ ਜਿਹੜਾ ਆਪਣਾ ਟਿਊਸ਼ਨ ਤੇ ਪੜ੍ਹਾਉਂਦੇ ਨੇਗੇ, ਉਹ ਸਾਰਾ ਕੁਝ ਫਿਲਹਾਲ ਦੀ ਘੜੀ ਉਹ ਉਸ ਪਲੇਟਫਾਰਮ ਦੇ ਉੱਪਰ ਲੈ ਗਈ। ਤੇ ਵਧੀਆ ਗੱਲ ਇਹ ਹੈਗੀ, ਜਦੋਂ ਇਹ ਸਾਰਾ ਕੁਝ ਇਹ ਸਾਰੀ ਸਥਿਤੀ ਦੇ ਨਾਲ ਆਪਾਂ ਨਜਿੱਠ ਲਾਂਗੇ, ਠੀਕ ਹੈ, ਕੋਰੋਨਾ ਵਾਇਰਸ ਦੀ ਸਥਿਤੀ ਤੋਂ ਬਾਅਦ ਜਿਹੜਾ ਕੋਚਿੰਗ ਇੰਸਟੀਚਿਊਟ ਹੈ ਉਹ ਤਾਂ ਜਿਵੇਂ ਚੱਲ ਰਿਹਾ ਸੀ ਉਵੇਂ ਹੀ ਚੱਲੂਗਾ, ਤੇ ਜਿਹੜਾ ਇਹ ਆਨਲਾਈਨ ਪਲੇਟਫਾਰਮ ਉਹਨਾਂ ਨੇ ਸ਼ੁਰੂ ਕਰਿਆਗਾ ਉਹ ਵੀ ਚੱਲੂਗਾ, ਠੀਕ ਹੈ। ਸੋ ਉੱਥੇ ਕਾਫੀ ਕੋਰਸਿਸ ਚਲਾਏ ਗਏ ਨੇ, ਤੇ ਇੱਕ ਤਾਂ ਮਤਲਬ ਪੀਪੀਐਸਸੀ ਵੱਲੋਂ ਪੋਸਟਾਂ ਆਈਆਂ ਨੇ, ਉਹਦੀ ਕੋਚਿੰਗ ਕਰਵਾ ਰਹੇ ਨੇ ਉਸ ਪਲੇਟਫਾਰਮ ਦੇ ਉੱਪਰ। ਤੇ ਦੂਸਰਾ, ਪੀਪੀਐਸਸੀ ਨੇ ਮੰਗ ਕਰੀ ਹੈ ਕਿ ਪ੍ਰਿੰਸੀਪਲਸ, ਬੀਪੀਓ, ਹੈਡ ਟੀਚਰਾਂ ਦੀ, ਉਹਦੀ ਸਟੱਡੀ ਵੀ ਉੱਥੇ ਚੱਲ ਰਹੀ ਹੈਗੀ, ਠੀਕ ਹੈ। ਉਹਦੇ ਬਾਰੇ ਤੁਸੀਂ ਗੁਰਸ਼ਰਨ ਸਰ ਨਾਲ ਜਾ ਕੇ ਗੱਲ ਕਰ ਲਓ, ਠੀਕ ਹੈ। ਤੇ ਮੈਂ ਉਸ ਪਲੇਟਫਾਰਮ ਤੇ ਨਹੀਂ ਪੜ੍ਹਾ ਰਿਹਾ, ਠੀਕ ਹੈ। ਤੇ ਹੁਣ ਮੈਂ ਆਪਣੇ ਵਾਲੇ ਚੈਨਲ ਬਾਰੇ ਦੱਸ ਦੇਣਾ ਤੁਹਾਨੂੰ, ਇਹ ਤੇ ਜਿਹੜਾ ਇਹ ਚੈਨਲ ਹੈ, ਠੀਕ ਹੈ, ਇਹ ਆਪਣਾ, ਠੀਕ ਹੈ, ਇਹਦੇ ਬਾਰੇ ਮੈਂ ਤੁਹਾਨੂੰ ਦੱਸ ਦੇਣਾ। ਕੱਲ ਪਰਸੋਂ ਇੱਕ ਸਟੂਡੈਂਟ ਦਾ ਮੈਸੇਜ ਆਇਆ ਸੀ ਵੀ ਤੁਸੀਂ ਪਟਵਾਰੀ ਵੀ ਆਨਲਾਈਨ ਪਟਵਾਰੀ ਦੇ ਐਗਜ਼ਾਮ ਦੇ ਲਈ ਆਨਲਾਈਨ ਕਲਾਸਿਸ ਕਿਉਂ ਨਹੀਂ ਸ਼ੁਰੂ ਕਰਦੇ, ਤਾਂ ਮੈਂ ਉਹਨੂੰ ਵੀ ਜਵਾਬ ਦਿੱਤਾ ਸੀਗਾ ਬੱਚੇ ਨੂੰ, ਬਟ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਵੀਡੀਓ ਦੇ ਰਾਹੀਂ ਦੱਸਣਾ ਚਾਹੁੰਦਾ। ਤਾਂ ਦੇਖੋ, ਜਿਹੜਾ ਆਪਣਾ ਕੋਚਿੰਗ ਇੰਸਟੀਚਿਊਟ ਹੈ ਨਾ, ਠੀਕ ਹੈ, ਉਹ ਤਾਂ ਉੱਥੇ ਤਾਂ ਦੇਖੋ ਗਰੁੱਪ ਸੀ ਤੋਂ ਲੈ ਕੇ ਗਰੁੱਪ ਏ ਤੱਕ ਦੀ ਸਾਰਿਆਂ ਦੀ ਹੀ ਤਿਆਰੀ ਕਰਵਾਈ ਜਾਂਦੀ ਹੈ। ਹਰੇਕ ਤਰ੍ਹਾਂ ਦੇ ਉੱਥੇ ਬੈਚ ਲੱਗਦੇ ਨੇ, ਜਿਵੇਂ ਕਿ ਕੋਈ ਪਟਵਾਰੀ ਦੀ ਪੋਸਟ ਆ ਗਈ ਤਾਂ ਉਹਦੇ ਬੈਚ ਅੱਡ ਲੱਗਦੇ ਨੇ, ਕੋਈ ਕਲੈਰੀਕਲ ਐਗਜ਼ਾਮ ਆ ਗਿਆ ਕੋਈ ਉਹਦੇ ਬੈਚ ਅੱਡ ਲੱਗਦੇ ਨੇ, ਗਰੁੱਪ ਬੀ ਦੇ ਐਗਜ਼ਾਮਸ ਜਿਵੇਂ ਕਿ ਵੇਰੀਅਸ ਇੰਸਪੈਕਟਰ ਦੀਆਂ ਪੋਸਟਾਂ ਆ ਗਈਆਂ, ਸਬ ਇੰਸਪੈਕਟਰ ਆ ਗਿਆ ਤੁਹਾਡਾ, ਐਕਸਾਈਜ਼ ਇੰਸਪੈਕਟਰ, ਕੋਆਪਰੇਟਿਵ ਇੰਸਪੈਕਟਰ, ਸੀਨੀਅਰ ਅਸਿਸਟੈਂਟ, ਇਹ ਗਰੁੱਪ ਬੀ ਦੀਆਂ ਪੋਸਟਾਂ ਨੇ, ਇਹਨਾਂ ਦੀ ਤਿਆਰੀ ਅੱਡ ਕਰਵਾਈ ਜਾਂਦੀ ਹੈ। ਤੇ ਯੂਪੀਐਸਸੀ, ਪੀਪੀਐਸਸੀ ਦੇ, ਪੀਸੀਐਸ ਹੋ ਗਿਆ, ਯੂਪੀਐਸਸੀ ਹੋ ਗਿਆ, ਇਹਨਾਂ ਦੀ ਤਿਆਰੀ ਪ੍ਰੀ ਤੇ ਮੇਨ ਦੋਵਾਂ ਦੀ ਉੱਥੇ ਅੱਡ ਕਰਵਾਈ ਜਾਂਦੀ ਹੈ। ਤੇ ਉਸ ਤੋਂ ਇਲਾਵਾ ਜੇ ਮੈਂ ਇਸ ਚੈਨਲ ਦੀ ਗੱਲ ਕਰਾਂ ਜਿੱਥੇ ਮੈਂ ਪੜ੍ਹਾ ਰਿਹਾ, ਤਾਂ ਦੇਖੋ ਮੈਂ ਸਿਰਫ ਤੇ ਸਿਰਫ, ਪਹਿਲੀ ਗੱਲ, ਮੈਂ ਜਿਹੜੇ ਜੀਐਸ ਪੋਰਸ਼ਨ ਹੈਗਾ ਉਹਦੇ ਲਈ ਜ਼ਿੰਮੇਵਾਰ ਹਾਂ, ਮੈਂ ਆਪਣੇ ਜਿਹੜੀ ਤੁਹਾਨੂੰ ਤਿਆਰੀ ਕਰਵਾਉਣੀ ਹੈਗੀ, ਮੈਂ ਸਿਰਫ ਤੇ ਸਿਰਫ ਜਿਹੜਾ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਜਿਹੜਾ ਜੀਐਸ ਪੋਰਸ਼ਨ ਆਉਂਦਾ ਉਹਦੀ ਤਿਆਰੀ ਕਰਵਾਉਂਗਾ। ਪੋਲੀਟੀ ਸਬਜੈਕਟ ਚੱਲ ਰਿਹਾਗਾ, ਪੰਜਾਬ ਜੀਕੇ ਮੈਂ ਕਰਵਾਤੀ, ਜੋਗ੍ਰਾਫੀ ਦੇ ਕਈ ਟੌਪਿਕਸ ਜਿਵੇਂ ਕਿ ਮੈਪਿੰਗ ਸੀਰੀਜ਼ ਮੈਂ ਕਰਵਾ ਚੁੱਕਿਆ, ਤੇ ਇਸ ਤੋਂ ਬਾਅਦ ਜਦੋਂ ਪੋਲੀਟੀ ਸਬਜੈਕਟ ਖਤਮ ਹੋਊਗਾ ਆਪਾਂ ਮਾਡਰਨ ਹਿਸਟਰੀ ਸਬਜੈਕਟ ਤੋਂ ਸਟਾਰਟ ਕਰਾਂਗੇ। ਸੋ ਇਦਾਂ ਕਰਦੇ ਕਰਦੇ ਜਿਹੜੇ ਵੀ ਯੂਪੀਐਸਸੀ, ਪੀਪੀਐਸਸੀ ਦੇ ਗਰੁੱਪ ਏ ਜਾਂ ਗਰੁੱਪ ਬੀ ਦੇ ਐਗਜ਼ਾਮ ਨੇ, ਮੈਂ ਸਿਰਫ ਉਹਨਾਂ ਦੀ ਤਿਆਰੀ ਕਰਵਾਉਣ ਦੇ ਲਈ ਵਚਨਬੱਧ ਹਾਂ, ਠੀਕ ਹੈ। ਸੋ ਗਰੁੱਪ ਸੀ ਦੇ ਕੋਈ ਕਲੈਰੀਕਲ ਲੈਵਲ ਦਾ ਐਗਜ਼ਾਮ ਹੋ ਗਿਆ, ਠੀਕ ਹੈ, ਕੋਈ ਵੀ ਐਗਜ਼ਾਮ ਹੈ, ਉਹ ਤੁਸੀਂ ਗੁਰਸ਼ਰਨ ਸਰ ਨਾਲ ਕਨੈਕਟ ਕਰ ਲਿਓ, ਉੱਥੇ ਟਿਊਸ਼ਨ ਤੇ ਵੀ ਬੈਚ ਲੱਗਦੇ ਨੇ, ਤੇ ਉਹ ਮੇ ਵੀ ਆਨਲਾਈਨ ਵੀ ਬੈਚ ਸਟਾਰਟ ਕਰਨ, ਤੇ ਰੀਜ਼ਨਿੰਗ ਵਗੈਰਾ ਵੀ ਉਹ ਉੱਥੇ ਉਸ ਪਲੇਟਫਾਰਮ ਦੇ ਉੱਪਰ ਪੜ੍ਹਾਉਂਦੇ ਨੇਗੇ। ਤੇ ਮੈਂ ਸਿਰਫ ਤੇ ਸਿਰਫ ਜਿਹੜਾ ਜੀਐਸ ਪੋਰਸ਼ਨ ਹੈ ਇਹਦੀ ਚਿੰਤਾ ਤੁਸੀਂ ਮੇਰੇ ਤੇ ਛੱਡ ਦਿਓ, ਠੀਕ ਹੈ। ਕੋਈ ਵੀ ਸਬਜੈਕਟ ਹੈਗਾ, ਹੁਣ ਤੁਹਾਨੂੰ ਪਤਾ ਪੀਪੀਐਸਸੀ ਪੈਟਰਨ ਚੇਂਜ ਕਰਤਾ, ਜਿਵੇਂ ਅੱਗੇ 120 ਸਵਾਲ ਪੀਪੀਐਸਸੀ ਪੁੱਛਦੀ ਹੁੰਦੀ ਸੀਗੀ ਵੀ ਉਹਦੇ ਵਿੱਚੋਂ ਕੀ ਹੋਇਆ, ਜਿਹੜੇ ਥੋੜੇ ਪਿੱਛੇ ਪਿਛਲੇ ਸਮੇਂ ਦੇ ਵਿੱਚ 3-4 ਐਗਜ਼ਾਮ ਪੀਪੀਐਸਸੀ ਦੁਆਰਾ ਕਨੈਕਟ ਕਰਵਾਏ ਗਏ ਨੇ, ਉਹਨਾਂ ਦਾ ਪੈਟਰਨ ਇਹ ਰਿਹਾ ਵੀ 120 ਸਵਾਲ ਨੇ, ਉਹਦੇ ਵਿੱਚੋਂ 80 ਸਵਾਲ ਰੀਜ਼ਨਿੰਗ ਦੇ ਤੇ 40 ਸਵਾਲ ਜੀਐਸ ਦੇ। ਹੁਣ ਉਹਨਾਂ ਨੇ ਸਾਰਾ ਕੁਝ ਬਦਲਤਾ, ਹੁਣ ਉਹ 80 ਸਵਾਲ ਜਿਹੜਾ ਜੀਐਸ ਪੋਰਸ਼ਨ ਹੈ ਇਹਦੇ ਵਿੱਚੋਂ ਪਾ ਰਹੇ ਨੇ, ਉਹ ਉਹਨਾਂ ਨੇ ਸਿਲੇਬਸ ਦੇ ਵਿੱਚ ਮੈਂਸ਼ਨ ਕੀਤਾ, ਤੇ 40 ਸਵਾਲ ਰੀਜ਼ਨਿੰਗ ਦੇ। ਸੋ ਹੁਣ ਤੁਸੀਂ ਦੇਖ ਸਕਦੇ ਹੋ ਵੀ ਕਿਸੇ ਵੀ ਐਗਜ਼ਾਮ ਦੇ ਵਿੱਚ ਖਾਸ ਕਰਕੇ ਜਿਹੜਾ ਕਿ ਪੀਪੀਐਸਸੀ ਦੁਆਰਾ ਕਨੈਕਟ ਕਰਵਾਇਆ ਜਾਂਦਾ ਉਹਦੇ ਵਿੱਚ ਜਿਹੜਾ ਜੀਐਸ ਪੋਰਸ਼ਨ ਹੈ ਕਿੰਨਾ ਕੁ ਜ਼ਿਆਦਾ ਡੋਮੀਨੇਟਿੰਗ ਰਹਿੰਦਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ। ਦੇਖੋ ਰੀਜ਼ਨਿੰਗ ਹੁੰਦੀ ਹੈਗੀ ਉਹ ਲਗਭਗ ਸਾਰੇ ਬੱਚੇ ਸੋਲਵ ਕਰ ਲੈਂਦੇ ਨੇ ਪ੍ਰੈਕਟਿਸ ਦੇ ਨਾਲ, ਠੀਕ ਹੈ। ਕੋਈ ਬੱਚਾ 2 ਸਵਾਲ ਘੱਟ ਕਰ ਲੂਗਾ, ਕੋਈ 3 ਸਵਾਲ ਘੱਟ ਕਰ ਲੂਗਾ, ਜਿਹੜੀ ਮੇਨ ਤੁਹਾਡੀ ਗੇਮ ਮੋੜਾ ਕੱਟੂਗੀ ਤੁਹਾਡੇ ਪੇਪਰ ਕਲੀਅਰ ਕਰਨ ਦੇ ਵਿੱਚ ਉਹ ਜੀਐਸ ਪੋਰਸ਼ਨ ਆ ਤੁਹਾਡਾ। ਸੋ ਉਸ ਚੀਜ਼ ਦੀ ਤੁਹਾਨੂੰ ਮੈਂ ਪ੍ਰੋਪਰ ਵਧੀਆ ਤਰੀਕੇ ਨਾਲ ਤਿਆਰੀ ਕਰਵਾ ਸਕਾਂ, ਇਹਦੇ ਲਈ ਮੈਂ ਵਚਨਬੱਧ ਆ, ਠੀਕ ਹੈ। ਸੋ ਕੋਈ ਵੀ ਪੰਜਾਬ ਦਾ ਯੂਪੀਐਸਸੀ ਦੁਆਰਾ, ਕੋਈ ਵੀ ਬੋਡੀ ਸੰਸਥਾ ਦੁਆਰਾ ਗਰੁੱਪ ਏ ਜਾਂ ਗਰੁੱਪ ਬੀ ਦਾ ਐਗਜ਼ਾਮ ਕੰਡਕਟ ਕਰਵਾਇਆ ਜਾਂਦਾ ਹੈਗਾ,
ਉਹਦੇ ਲਈ ਤਿਆਰੀ ਮੈਂ ਇਸ ਪਲੇਟਫਾਰਮ ਤੇ ਕਰਾਉਣਾ ਤੇ ਮੈਂ ਸਿਰਫ ਤੇ ਸਿਰਫ ਫਿਲਹਾਲ ਦੀ ਘੜੀ ਜੀਐਸ ਪੋਰਸ਼ਨ ਕਵਰ ਕਰਾ ਰਿਹਾ। ਅੱਗੇ ਦਾ ਨਹੀਂ ਪਤਾ, ਜੋ ਆਪਣੇ ਕੋਲ ਪ੍ਰੋਪਰ ਜਦੋਂ ਮੇਰੇ ਕੋਲ ਸਾਰਾ ਇਕੁਇਪਮੈਂਟ ਆ ਗਿਆ, ਠੀਕ ਹੈ, ਜਦੋਂ ਆਪਣਾ ਚੈਨਲ ਤਰੱਕੀ ਕਰੂਗਾ ਤੇ ਕੋਈ ਇਕੁਇਪਮੈਂਟ ਆ ਗਿਆ ਵਗੈਰਾ, ਠੀਕ ਹੈ, ਜੋ ਵੀ ਮੈਨੂੰ ਲਿਖਣ ਵਾਸਤੇ ਚਾਹੀਦਾ। ਫਿਲਹਾਲ ਦੀ ਘੜੀ ਤਾਂ ਮੇਰੇ ਕੋਲ ਕੁਝ ਵੀ ਨਹੀਂ ਹੈਗਾ। ਜਦੋਂ ਉਹ ਸਾਰਾ ਕੁਝ ਆ ਗਿਆ, ਠੀਕ ਹੈ, ਤੇ ਵਧੀਆ ਰੈਵਿਨਿਊ ਆਪਾਂ ਨੂੰ ਆਉਣ ਲੱਗ ਗਿਆ, ਤਾਂ ਆਪਾਂ ਵੀ ਸਾਰਾ ਰੀਜ਼ਨਿੰਗ ਵਗੈਰਾ ਮੈਂ ਵੀ ਸ਼ੁਰੂ ਕਰਵਾ ਸਕਦਾ, ਠੀਕ ਹੈ। ਸੋ ਇਹ ਤੁਹਾਨੇ ਸੋਚ ਕੇ ਸਬਸਕ੍ਰਾਈਬ ਕਰਨਾ ਵੀ ਜੇ ਤੁਹਾਨੇ ਕਿਹੜੇ ਪਾਰਟੀਕੁਲਰ ਪੋਸਟ ਨੂੰ ਲੈ ਕੇ ਟਾਰਗੇਟ ਕਰ ਰਹੇ ਹੋ, ਤਾਂ ਤੁਸੀਂ ਜਿਵੇਂ ਕਿ ਪਟਵਾਰੀ ਵਗੈਰਾ ਹੋ ਗਿਆ, ਤੁਸੀਂ ਪ੍ਰਿੰਸੀਪਲ, ਬੀਪੀਓ, ਹੈਡ ਟੀਚਰ ਦੀਆਂ ਪੋਸਟਾਂ ਲਈ ਤੁਸੀਂ ਭਰਨਾ ਹੈ, ਤਾਂ ਤੁਸੀਂ ਉਹ ਜਿਹੜਾ ਮਾਸਟਰ ਕਲਾਸਿਸ ਪਟਿਆਲਾ ਹੈਗਾ ਉੱਥੇ ਸਬਸਕ੍ਰਾਈਬ ਕਰ ਲਓ। ਮੇਰੇ ਵਾਲਾ ਚੈਨਲ ਤੁਸੀਂ ਕਰ ਹੀ ਲਿਓ, ਕਿਉਂਕਿ ਜਿਹੜੇ ਵੀ ਸਟੈਟਿਕ ਸਬਜੈਕਟ ਨੇ, ਪੋਲਿਟੀ, ਗੌਰਮੈਂਟ ਸਕੀਮਸ ਹੋ ਗਈਆਂ, ਸਾਰੇ ਸਟੈਟਿਕ ਸਬਜੈਕਟ ਹੋ ਗਏ, ਇਹ ਮੈਂ ਕਵਰ ਕਰਵਾ ਹੀ ਰਿਹਾ। ਸੋ ਜਿਨ੍ਹਾਂ ਨੇ ਭਾਈ ਹੁਣ ਅੱਗੇ ਤੁਹਾਡੀ ਇੱਛਾ, ਠੀਕ ਹੈ, ਜਿਹਨੂੰ ਸੁਣਨਾ ਹੈ, ਆਪਾਂ ਕਿਸੇ ਸੁਣਨ ਵਾਲੇ ਬੰਦੇ ਦਾ ਮਨ ਤਾਂ ਨਹੀਂ ਮੈਨੀਪੁਲੇਟ ਕਰ ਸਕਦੇ, ਸੋ ਫਿਰ ਵੀ ਜਿਹੜਾ ਉਹ ਪਲੇਟਫਾਰਮ ਹੈ ਉਹਦੇ ਲਈ ਤੁਸੀਂ ਗੁਰਸ਼ਰਨ ਸਰ ਨਾਲ ਕੰਟੈਕਟ ਕਰ ਸਕਦੇ ਹੋ। ਤੇ ਜੇ ਇਸ ਪਲੇਟਫਾਰਮ ਦੇ ਰਿਗਾਰਡਿੰਗ ਤੁਹਾਨੂੰ ਕੋਈ ਵੀ ਮਤਲਬ ਸਟੱਡੀ ਰਿਲੇਟਡ ਜਾਣਕਾਰੀ ਲੈਣੀ ਹੈ, ਕੋਈ ਵੀ ਸਬਜੈਕਟ ਰਿਲੇਟਡ, ਆਨਲਾਈਨ ਕੋਚਿੰਗ ਦੇ ਰਿਗਾਰਡਿੰਗ ਕੁਝ ਵੀ ਤੁਹਾਨੂੰ ਜਾਣਕਾਰੀ ਲੈਣੀ ਹੈ, ਤਾਂ ਆਹ ਮੇਰਾ ਨੰਬਰ ਹੈ ਜੀ 98 55 60 70 33, ਇਹਦੇ ਤੇ ਤੁਸੀਂ ਕੰਟੈਕਟ ਕਰਕੇ ਪੁੱਛ ਸਕਦੇ ਹੋ, ਠੀਕ ਹੈ। ਸੋ ਇਹ ਬਸ ਤੁਹਾਨੂੰ ਮੈਂ ਕਲੈਰੀਫਿਕੇਸ਼ਨ ਦੇਣੀ ਸੀਗੀ। ਬਸ ਹੁਣ ਆਪਾਂ ਸ਼ੁਰੂ ਕਰਦੇ ਆਪਾਂ ਅੱਜ ਦੇ ਕਰੰਟ ਅਫੇਅਰਸ ਦੇ ਨਾਲ। ਸਭ ਤੋਂ ਪਹਿਲਾਂ ਨੈਸ਼ਨਲ ਸਿਕਿਉਰਿਟੀ ਐਕਟ, ਇਹ ਐਕਟ ਨਿਊਜ਼ ਦੇ ਵਿੱਚ ਆ ਗਿਆ। ਦੇਖੋ, ਉੱਤਰ ਪ੍ਰਦੇਸ਼ ਦਾ ਜਿਹੜਾ ਗਾਜ਼ੀਆਬਾਦ ਜ਼ਿਲ੍ਹਾ, ਬਹੁਤ ਹੀ ਸ਼ਰਮਨਾਕ ਹਰਕਤ ਹੋਈ ਹੈ ਉੱਥੇ। ਦਿੱਲੀ ਦਾ ਜਿਹੜਾ ਨਿਜ਼ਾਮੂਦੀਨ ਮਰਕਜ਼ ਦੇ ਵਿੱਚੋਂ ਆ ਤਬਲੀਗੀ ਜਮਾਤ ਦੇ ਜਿਹੜੇ ਲੋਕ ਭਾਰਤ ਦੇ, ਹੁਣ ਤਾਂ 17-18 ਸਟੇਟਾਂ ਦੇ ਵਿੱਚ ਲੋਕ ਕੋਰੋਨਾ ਪੋਜ਼ਿਟਿਵ ਪਾਏ ਗਏ ਨੇ, ਠੀਕ ਹੈ, ਇਹ ਖ਼ਬਰਾਂ ਦੱਸਦੀਆਂ ਨੇ। ਹੋਇਆ ਕਿ ਯੂਪੀ ਦੇ ਗਾਜ਼ੀਆਬਾਦ ਜਿਹੜਾ ਇੱਥੇ ਜ਼ਿਲ੍ਹੇ ਦੇ ਵਿੱਚ ਜਿਹੜਾ ਡਿਸਟ੍ਰਿਕਟ ਹਸਪੀਟਲ ਹੈ, ਇੱਥੇ ਜਿਹੜੇ ਤਬਲੀਗੀ ਜਮਾਤ ਨਾਲ ਐਸੋਸੀਏਟਡ ਲੋਕ ਸੀਗੇ ਉਹਨਾਂ ਨੂੰ ਇੱਥੇ ਰੱਖਿਆ ਗਿਆ ਸੀਗਾ ਆਈਸੋਲੇਸ਼ਨ ਦੇ ਵਿੱਚ। ਤੇ ਇਹ ਲੋਕਾਂ ਨੇ ਕੀ ਕਰਿਆ, ਬਹੁਤ ਹੀ ਭੱਦੀ ਇਹਨਾਂ ਨੇ ਸ਼ਬਦਾਵਲੀ ਵਰਤੀ ਉਸ ਹਸਪਤਾਲ ਦੀਆਂ ਨਰਸਾਂ ਦੇ ਪ੍ਰਤੀ, ਠੀਕ ਹੈ, ਉਹਨਾਂ ਨੂੰ ਬਹੁਤ ਮੰਦਾ ਚੰਗਾ ਬੋਲਿਆ, ਉਹਨਾਂ ਦੇ ਮੂਹਰੇ ਆਪਦੇ ਕੱਪੜੇ ਉਤਾਰ ਕੇ ਤੱਕ ਤੁਰਦੇ ਫਿਰਦੇ ਰਹੇ, ਠੀਕ ਹੈ। ਸੋ ਹੁਣ ਯੂਪੀ ਸਰਕਾਰ ਨੇ ਇਹ ਕਿਹਾ ਵੀ 6 ਬੰਦੇ ਜਿਹੜੇ ਇਸ ਘਟੀਆ ਹਰਕਤ ਲਈ ਜ਼ਿੰਮੇਵਾਰ ਨੇ ਉਹਨਾਂ ਨੂੰ ਅਸੀਂ ਨੈਸ਼ਨਲ ਸਿਕਿਉਰਿਟੀ ਐਕਟ ਦੇ ਅਧੀਨ ਚਾਰਜ ਕਰਾਂਗੇ। ਸੋ ਹੁਣ ਇਹ ਨੈਸ਼ਨਲ ਸਿਕਿਉਰਿਟੀ ਐਕਟ ਹੈਗਾ ਕੀ, ਇਹਦੇ ਬਾਰੇ ਪੜ੍ਹਦੇ ਹਾਂ। ਤਾਂ ਦੇਖੋ, 1980 ਦੇ ਵਿੱਚ ਇਹ ਐਕਟ ਲਿਆਂਦਾ ਗਿਆ ਸੀ, ਇੰਦਰਾ ਗਾਂਧੀ ਦੀ ਸਰਕਾਰ ਸੀਗੀ ਉਹ। ਤਾਂ ਦੇਖੋ, ਇਸ ਐਕਟ ਦੇ ਵਿੱਚ ਜੇ ਕੋਈ ਬੰਦਾ ਅਕਿਊਜ਼ ਪਾਇਆ ਜਾਂਦਾ ਤਾਂ ਉਹਨੂੰ ਕਾਫੀ ਮਹੀਨਿਆਂ ਦੇ ਲਈ ਡਿਟੇਨ ਕੀਤਾ ਜਾ ਸਕਦਾ ਪੁਲਿਸ ਦੁਆਰਾ। ਤੇ ਇੰਪੋਰਟੈਂਟ ਗੱਲ ਇਹ ਹੈਗਾ, ਮਕਸਦ ਇਹਦਾ ਇਹ ਸੀਗਾ ਇਸ ਐਕਟ ਨੂੰ ਲਿਆਉਣ ਦਾ, ਵੀ ਕੋਈ ਬੰਦਾ ਜਿਹੜਾ ਕ੍ਰਾਈਮ ਹੈਗਾ ਉਹ ਕਮਿਟ ਨਾ ਕਰੇ। ਹੁਣ ਕਹਿਣਾ ਕੀ ਇਹ ਐਕਟ, ਆਪਾਂ ਇਹਦੇ ਬਾਰੇ ਪੜ੍ਹਦੇ ਹਾਂ। ਕਹਿੰਦੇ, ਇਟ ਅਲਾਉਸ ਪ੍ਰੀਵੈਂਟਿਵ ਡਿਟੈਂਸ਼ਨ ਫੋਰ ਮੰਥ, ਪ੍ਰੀਵੈਂਟਿਵ ਡਿਟੈਂਸ਼ਨ ਹਲੇ ਮੈਂ ਪੜਾਉਂਗਾ ਤੁਹਾਨੂੰ, ਵੈਸੇ ਤਾਂ ਪੋਲਿਟੀ ਦੇ ਵਿੱਚ ਪੜਾਇਆ ਹੋਇਆ ਡਿਟੈਂਸ਼ਨ ਕਿੰਨੇ ਪ੍ਰਕਾਰ ਦੀ ਹੁੰਦੀ ਹੈਗੀ। ਕਹਿੰਦੇ, ਇਫ ਅਥਾਰਟੀਜ਼ ਆਰ ਸੈਟੀਸਫਾਈਡ ਦੈਟ ਅ ਪਰਸਨ ਇਜ਼ ਅ ਥ੍ਰੈਟ ਟੂ ਨੈਸ਼ਨਲ ਸਿਕਿਉਰਿਟੀ ਔਰ ਲਾਅ ਐਂਡ ਆਰਡਰ, ਉਹਦੇ ਤੇ ਬੰਦੇ ਤੇ ਇਹ ਮੈਡਲ ਪੈ ਸਕਦਾ। ਜੇ ਕੋਈ ਬੰਦਾ ਅਥਾਰਟੀਜ਼ ਨੂੰ ਲੱਗੇ ਵੀ ਇਹ ਬੰਦਾ ਸਿਕਿਉਰਿਟੀ ਤੇ ਲਾਅ ਐਂਡ ਆਰਡਰ ਦੇ ਲਈ ਖਤਰਾ, ਥ੍ਰੈਟ ਹੈਗਾ, ਤਾਂ ਉਹ ਬੰਦੇ ਦੇ ਉੱਪਰ ਇਸ ਐਕਟ ਦੇ ਅਧੀਨ ਮੈਡਲ ਪਾ ਸਕਦੀ ਹੈਗੀ। ਠੀਕ ਹੈ, ਹੁਣ ਤਾਂ ਕਰਫਿਊ ਲੱਗਿਆ ਹੋਇਆ ਹੈਗਾ ਆਪਣੇ ਪੰਜਾਬ ਦੇ ਵਿੱਚ, ਦੇਸ਼ ਭਰ ਦੇ ਵਿੱਚ ਲੋਕਡਾਊਨ ਲੱਗਿਆ ਹੈਗਾ। ਸੋ ਭਾਈ, ਸੋਚ ਸਮਝ ਕੇ ਬਾਹਰ ਨਿਕਲਿਆ ਕਰੋ, ਕਿਸੇ ਵੀ ਤਰੀਕੇ ਦਾ ਤੁਹਾਡੇ ਕੋਲ ਮੈਡਲ ਪੈਸਾ ਦਾ ਜੇ ਫੜੇਗੇ। ਆ ਪਿੱਛੇ ਜਿਹੀ ਮੈਂ ਤੁਹਾਨੂੰ 2-3 IPC ਦੀਆਂ ਧਾਰਾਂ ਪੜ੍ਹਾ ਕੇ ਚੁੱਕਿਆ, 269, 270, 178 ਦੇ, ਇਹੋ ਜਿਹਾ ਕੁਛ ਪੁੱਠੀ ਸਿੱਧੀ ਹਰਕਤ ਕਰਦੇ ਫੜੇਗੇ ਤਾਂ ਤੁਸੀਂ ਸਾਰੇ ਆਪ ਜ਼ਿੰਮੇਵਾਰ ਹੋ। ਅੱਛਾ, ਅੱਗੇ ਵਧਣ ਤੋਂ ਪਹਿਲਾਂ ਆਪਾਂ ਸੰਵਿਧਾਨ ਬਾਰੇ ਮਾੜੀ ਨਿਗਾਹ ਮਾਰ ਲਈ, ਸੰਵਿਧਾਨ ਦੇ ਉੱਪਰ ਵੀ ਆਪਣਾ ਸੰਵਿਧਾਨ ਪ੍ਰੀਵੈਂਟਿਵ ਡਿਟੈਂਸ਼ਨ ਲੈ ਕੇ ਕੀ ਕਹਿੰਦਾ। ਇੱਥੇ ਮੈਂ ਬਾਹਲੀ ਡਿਟੇਲ ਦੇ ਵਿੱਚ ਪੜਾਉਣਾ ਨਹੀਂ ਚਾਹੁੰਦਾ, ਕਿਉਂਕਿ ਪੋਲਿਟੀ ਦੇ ਵਿੱਚ ਮੈਂ ਇਹ ਜਿਹੜਾ ਡਿਟੈਂਸ਼ਨ ਵਾਲਾ ਟੋਪਿਕ ਹੈ ਬਹੁਤ ਸਾਰੇ ਐਗਜ਼ਾਮਪਲ, ਵਧੀਆ ਐਗਜ਼ਾਮਪਲਾਂ ਲੈ ਕੇ ਤੁਹਾਨੂੰ ਸਮਝਾਇਆ ਹੈ। ਤਾਂ ਦੇਖੋ, ਆਰਟੀਕਲ 22 ਦੇ ਤਹਿਤ ਦੋ ਤਰ੍ਹਾਂ ਦੀ ਡਿਟੈਂਸ਼ਨ ਦੀ ਗੱਲ ਕੀਤੀ ਹੋਈ ਹੈ। ਇੱਕ ਤਾਂ ਪਿਊਨਿਟਿਵ ਡਿਟੈਂਸ਼ਨ, ਇੱਕ ਹੁੰਦੀ ਹੈ ਪ੍ਰੀਵੈਂਟਿਵ ਡਿਟੈਂਸ਼ਨ। ਪਿਊਨਿਟਿਵ ਡਿਟੈਂਸ਼ਨ ਹੁੰਦੀ ਹੈ ਜੇ ਕਿਸੇ ਬੰਦੇ ਨੇ ਕੋਈ ਅਪਰਾਧ ਕਰਤਾ ਉਹਨੂੰ ਡਿਟੇਨ ਕਰਨਾ। ਪ੍ਰੀਵੈਂਟਿਵ ਡਿਟੈਂਸ਼ਨ ਹੁੰਦਾ ਜੀ ਜੇ ਕਿਸੇ ਨੇ ਕੋਈ ਬੰਦਾ ਸ਼ੱਕੀ ਹੋਵੇ ਵੀ ਇਹ ਬੰਦਾ ਇਸ ਅਪਰਾਧ ਨੂੰ, ਇਸ ਕ੍ਰਾਈਮ ਨੂੰ ਅੰਜਾਮ ਦੇ ਸਕਦਾ ਹੈਗਾ, ਉਹਨੂੰ ਪਹਿਲਾਂ ਹੀ ਡਿਟੇਨ ਕਰ ਲਓ ਤਾਂ ਕਿ ਉਹ ਅਪਰਾਧ ਨਾ ਕਰੇ। ਸੋ ਹੁਣ ਜਿਹੜਾ ਬੰਦਾ ਡਿਟੇਨ ਕਰ ਲਿਆ ਪੁਲਿਸ ਦੁਆਰਾ, ਤਾਂ ਉਹ ਬੰਦੇ ਕੋਲ ਕੁਝ ਕੁ ਅਧਿਕਾਰ ਹੁੰਦੇ ਨੇ, ਉਹਨਾਂ ਅਧਿਕਾਰਾਂ ਦੀ ਗੱਲ ਆਰਟੀਕਲ 22 ਦੇ ਵਿੱਚ ਦਿੱਤੀ ਹੋਈ ਹੈਗੀ। ਤੇ ਬਸ ਇਹੀ ਕੁਝ ਸੰਵਿਧਾਨ ਕਹਿੰਦਾ ਵੀ 3 ਮਹੀਨਿਆਂ ਦੇ ਲਈ ਪ੍ਰੀਵੈਂਟਿਵ ਡਿਟੈਂਸ਼ਨ ਦੇ ਤਹਿਤ ਅਥਾਰਟੀਜ਼ ਕਿਸੇ ਬੰਦੇ ਨੂੰ ਡਿਟੇਨ ਕਰ ਸਕਦੀਆਂ ਨੇ, ਅਨਲੈਸ ਜਿੰਨਾ ਚਿਰ ਕੋਈ ਐਡਵਾਈਜ਼ਰੀ ਬੋਰਡ ਉਸ ਐਕਸਟੈਂਸ਼ਨ ਨੂੰ ਅੱਗੇ ਫਰਦਰ ਐਕਸਟੈਂਡ ਨਹੀਂ, ਉਸ ਡਿਟੈਂਸ਼ਨ ਨੂੰ ਅੱਗੇ ਫਰਦਰ ਐਕਸਟੈਂਡ ਨਹੀਂ ਕਰਦਾ। ਅੱਛਾ, 44ਵੀਂ ਅਮੈਂਡਮੈਂਟ ਹੋਈ ਸੀਗੀ 1978 ਦੇ ਵਿੱਚ, ਜਿਹਨੇ ਇਹ 3 ਮਹੀਨਿਆਂ ਦੀ ਡਿਟੈਂਸ਼ਨ ਨੂੰ ਘਟਾ ਕੇ 2 ਮਹੀਨਿਆਂ ਦੀ ਕਰਤਾ ਸੀ। ਬਟ ਇਸ ਅਮੈਂਡਮੈਂਟ ਨੇ ਤਾਂ ਇਹ ਪ੍ਰੋਵੀਜ਼ਨ ਦਿੱਤਾ ਸੀ, ਇਸ ਪ੍ਰੋਵੀਜ਼ਨ ਨੂੰ ਜੇ ਇੰਪਲੀਮੈਂਟ ਕਰਨਾ ਸੀ ਤਾਂ ਭਾਈ ਕੋਈ ਕਾਨੂੰਨ ਲੈ ਕੇ ਆਉਣਾ ਸੀਗਾ ਸਰਕਾਰ ਨੂੰ, ਸਰਕਾਰ ਨੇ ਕੋਈ ਇਹੋ ਜਿਹਾ ਕਾਨੂੰਨ ਲਿਆਂਦਾ ਹੀ ਨਹੀਂ। ਸੋ ਅੱਜ ਦੇ ਸਮੇਂ ਵੀ ਜੇ ਕੋਈ ਬੰਦੇ ਨੂੰ ਪ੍ਰੀਵੈਂਟਿਵ ਡਿਟੈਂਸ਼ਨ ਦੇ ਤਹਿਤ ਡਿਟੇਨ ਕਰਿਆ ਜਾਂਦਾ ਤਾਂ ਉਹਨੂੰ 3 ਮਹੀਨਿਆਂ ਦੇ ਲਈ ਡਿਟੇਨ ਕਰਿਆ ਜਾਂਦਾ। ਹੁਣ ਮੈਂ ਤੁਹਾਨੂੰ ਬਹੁਤ ਵਾਰ ਸਮਝਾਇਆ ਹੈਗਾ ਵੀ ਕੰਸਟੀਟਿਊਸ਼ਨ ਦੇ ਵਿੱਚ ਕੋਈ ਪ੍ਰੋਵੀਜ਼ਨ ਅਮੈਂਡਮੈਂਟ ਦੇ ਥਰੂ ਐਡ ਕਰ
ਉਹ ਪ੍ਰੋਵੀਜ਼ਨ ਉਹਨਾਂ ਚਿਰ ਲਾਗੂ ਨਹੀਂ ਹੁੰਦਾ ਜਿੰਨਾ ਚਿਰ ਪਾਰਲੀਮੈਂਟ ਕੋਈ ਐਕਟ ਨਹੀਂ ਲੈ ਕੇ ਆਉਂਦੀ ਉਸ ਪ੍ਰੋਵੀਜ਼ਨ ਨੂੰ ਲਾਗੂ ਕਰਾਉਣ ਦੇ ਲਈ। ਇਹ ਬਹੁਤ ਇੰਪੋਰਟੈਂਟ ਗੱਲਾਂ ਨੇਗੀਆਂ, ਤੁਹਾਨੂੰ ਮੈਂ ਪੋਲੀਟਿਕਸ ਵਿੱਚ ਬਹੁਤ ਡਿਟੇਲ ਦੇ ਵਿੱਚ ਪੜ੍ਹਾਈਆਂ ਹੋਈਆਂ ਨੇ। ਹੁਣ ਇਹ ਐਕਟ ਬਾਰੇ ਗੱਲ ਕਰਦੇ ਹਾਂ ਵੀ ਡਿਟੈਂਸ਼ਨ ਤੇ ਇਹਦੇ ਵਿੱਚ ਫਰਕ ਕੀ ਹੈ। ਪਹਿਲੀ ਗੱਲ, ਕਾਫੀ ਮਹੀਨਿਆਂ ਦੇ ਲਈ ਕਿਸੇ ਬੰਦੇ ਨੂੰ ਇਸ ਐਕਟ ਦੇ ਅਧੀਨ ਡਿਟੇਨ ਕਰਿਆ ਜਾ ਸਕਦਾ ਬਿਨਾਂ ਚਾਰਜ ਦੱਸੇ। ਇਹ ਵੀ ਕਹਿੰਦੇ ਨੇ ਵੀ 10 ਦਿਨਾਂ ਦੇ ਲਈ ਤਾਂ ਪੁਲਿਸ ਉਸ ਬੰਦੇ ਨੂੰ ਸਿੱਧਾ ਹੈਲਡ ਕਰ ਸਕਦੀ ਹੈ ਬਿਨਾਂ ਇਹ ਦੱਸੇ ਵੀ ਤੈਨੂੰ ਫੜਿਆ ਕਿਹੜੇ ਚੱਕਰ 'ਚ, ਕਿਹੜੇ ਚਾਰਜਿਸ ਦੇ ਅਗੇਂਸਟ ਤੈਨੂੰ ਅਸੀਂ ਨੇ ਡਿਟੇਨ ਕਰਿਆਗਾ ਜੇ ਉਸ ਬੰਦੇ ਦੇ ਉੱਪਰ ਇਸ ਐਕਟ ਦੇ ਨੈਸ਼ਨਲ ਸਿਕਿਉਰਿਟੀ ਐਕਟ ਦੇ ਅਧੀਨ ਮੈਡਲ ਪੈ ਜੇ। ਅਪੀਲ ਕਿੱਥੇ ਕਰ ਸਕਦਾ ਉਹ ਬੰਦਾ? ਤਾਂ ਉਹ ਹਾਈ ਕੋਰਟ ਦਾ ਐਡਵਾਈਜ਼ਰੀ ਬੋਰਡ ਹੈ, ਉੱਥੇ ਅਪੀਲ ਕਰ ਸਕਦਾ, ਬਟ ਉੱਥੇ ਉਹਨੂੰ ਵਕੀਲ ਕਰਨ ਦੀ ਇਜਾਜ਼ਤ ਨਹੀਂ ਹੁੰਦੀਗੀ। ਕ੍ਰਿਟਿਸਿਜ਼ਮ ਕਿਉਂ ਹੁੰਦਾ ਹੈਗਾ ਇਸ ਐਕਟ ਦਾ? ਤਾਂ ਦੇਖੋ, ਇਸ ਐਕਟ ਨੂੰ ਆਪਾਂ ਪਤਾ ਹੈ ਪੁਲਿਸ ਦੁਆਰਾ ਕਾਫੀ ਗਲਤ ਦੁਰਉਪਯੋਗ ਕੀਤਾ ਗਿਆ। ਲਾਅ ਕਮਿਸ਼ਨ ਦੀ ਰਿਪੋਰਟ ਆਈ ਸੀ 2001 ਦੇ ਵਿੱਚ, ਉਹਨਾਂ ਨੇ ਇਹ ਕਿਹਾ ਵੀ ਇਸ ਐਕਟ ਕਰਕੇ 14 ਲੱਖ ਦੇ ਕਰੀਬ ਲੋਕ ਹਾਲੇ ਤੱਕ ਡਿਟੈਂਸ਼ਨ ਦੇ ਵਿੱਚ ਫੜੇ ਗਏ ਨੇਗੇ। ਠੀਕ ਹੈ, ਅੱਗੇ ਚੱਲਦੇ ਹਾਂ ਆਪਾਂ। ਤਾਂ ਹੁਣ ਇਹ ਐਕਟ ਹੈਗਾ ਜਿਹੜਾ, ਇਹ ਡਰੈਕੋਨੀਅਨ ਕਿਉਂ ਹੈਗਾ, ਇਹਨੂੰ ਡਰੈਕੋਨੀਅਨ ਲਾਅ ਕਿਉਂ ਕਹਿੰਦਾ? ਦੇਖੋ, ਡਰੈਕੋਨੀਅਨ ਸ਼ਬਦ ਦਾ ਮਤਲਬ ਹੁੰਦਾ ਹੈ ਕਿਸੇ ਐਕਟ ਨੂੰ, ਜੇ ਡਰੈਕੋਨੀਅਨ ਲਾਅ ਆਪਾਂ ਅਕਸਰ ਸੁਣਦੇ ਆ ਕਈ ਵਾਰ ਵੀ ਇਹ ਕੰਟਰੀ ਦਾ ਜਿਹੜਾ ਆਹ ਕਾਨੂੰਨ ਹੈ ਇਹ ਕਾਫੀ ਡਰੈਕੋਨੀਅਨ ਹੈ। ਡਰੈਕੋਨੀਅਨ ਦਾ ਮਤਲਬ ਹੁੰਦਾ ਜੀ ਉਸ ਐਕਟ ਦੇ ਜਿਹੜੇ ਪ੍ਰੋਵੀਜ਼ਨ ਹੁੰਦੇ ਨੇ ਕਾਫੀ ਜ਼ਿਆਦਾ ਸਖਤ ਹੁੰਦੇ ਨੇ, ਕਾਫੀ ਹਾਰਸ਼ ਪ੍ਰੋਵੀਜ਼ਨ ਹੁੰਦੇ ਨੇ। ਸੋ ਇਹ ਐਕਟ ਨੂੰ ਵੀ ਡਰੈਕੋਨੀਅਨ ਕਿਹਾ ਗਿਆ। ਕਾਹਤੋਂ ਆਪਾਂ ਪੜ੍ਹਦੇ ਹਾਂ? ਤਾਂ ਦੇਖੋ, ਆਪਾਂ ਸਾਰਿਆਂ ਨੂੰ ਪਤਾ ਹੈ ਜੇ ਕਿਸੇ ਬੰਦੇ ਨੂੰ ਅਰੈਸਟ ਕਰਿਆ ਜਾਂਦਾ ਤਾਂ ਅਰੈਸਟ ਹੋਣ ਦੇ ਬਾਵਜੂਦ ਵੀ ਉਹ ਬੰਦੇ ਕੋਲ ਕੁਝ ਕੁ ਅਧਿਕਾਰ ਹੁੰਦੇ ਨੇਗੇ ਜਿਹੜੇ ਕਿ ਉਹ ਇੰਜੋਏ ਕਰਦਾ ਹੈਗਾ, ਜਿਹੜੇ ਕਿ ਉਹਨੂੰ ਇੰਡੀਆ ਨਾਲ ਆਪਣੇ ਭਾਰਤ ਦਾ ਸੰਵਿਧਾਨ ਉਹ ਅਧਿਕਾਰ ਦਿੰਦਾ ਹੈਗਾ। ਆਰਟੀਕਲ 22 ਦੇ ਤਹਿਤ ਆਪਾਂ ਪੜ੍ਹ ਲਿਆ। ਹੁਣ ਕਹਿੰਦੇ, ਪਹਿਲੀ ਗੱਲ, ਜੇ ਕੋਈ ਬੰਦਾ ਅਕਿਊਜ਼ ਹੋਵੇ ਉਹਨੂੰ ਪਹਿਲੀ ਗੱਲ ਇਨਫੋਰਮ ਕਰਨਾ ਪਊਗਾ, ਕਾਰਨ ਦੱਸਣਾ ਪਊਗਾ ਵੀ ਤੈਨੂੰ ਕਿਹੜੇ ਚੱਕਰ ਦੇ ਉੱਪਰ ਅਸੀਂ ਅਰੈਸਟ ਕੀਤਾ ਹੈ। ਬਟ ਇਹਦੇ ਵਿੱਚ ਤਾਂ ਆਪਾਂ ਪੜ੍ਹਿਆ ਵੀ ਪੁਲਿਸ 10 ਦਿਨਾਂ ਦੇ ਲਈ ਤਾਂ ਕੁਛ ਦੱਸ ਵੀ ਨਹੀਂ, ਬਿਨਾਂ ਦੱਸੇ ਹੀ ਤੁਹਾਨੂੰ ਡਿਟੇਨ ਕਰ ਸਕਦੀ ਹੈ। ਦੂਸਰਾ, CRPC ਕ੍ਰਿਮੀਨਲ ਪ੍ਰੋਸੀਜਰ ਕੋਡ ਹੈ ਜਿਹੜਾ ਆਪਣਾ, ਉਹਦੇ ਸੈਕਸ਼ਨ 50 ਦੇ ਵਿੱਚ ਇਹ ਚੀਜ਼ ਲਿਖਿਆ ਹੈ ਵੀ ਜਿਹੜਾ ਬੰਦਾ ਅਰੈਸਟ ਕੀਤਾ ਹੈ ਉਹਨੂੰ ਦੱਸਣਾ ਪਊਗਾ ਤੁਹਾਨੂੰ ਵੀ ਤੁਹਾਨੂੰ ਕਿਹੜੇ ਗਰਾਊਂਡ ਦੇ ਉੱਪਰ ਅਰੈਸਟ ਕੀਤਾ ਹੈ। ਤੇ ਦੂਜੀ ਗੱਲ, ਇਸ CRPC ਦੇ ਜਿਹੜੇ ਸੈਕਸ਼ਨ 56 ਤੇ 76 ਇਹਨਾਂ ਦੋਵੇਂ ਸੈਕਸ਼ਨ ਵਿੱਚ ਇਹ ਦੱਸਿਆ ਹੈ ਵੀ ਜਿਹੜਾ ਡਿਟੇਨ ਪਰਸਨ ਹੈ ਉਹਨੂੰ 24 ਘੰਟਿਆਂ ਦੇ ਅੰਦਰ ਅੰਦਰ ਕੋਰਟ ਦੇ ਵਿੱਚ ਪੇਸ਼ ਕਰਨਾ ਪਊਗਾ। ਤੇ ਆਰਟੀਕਲ 22 ਸੰਵਿਧਾਨ ਦਾ ਆਪਾਂ ਨੂੰ ਕਹਿੰਦਾ ਵੀ ਜਿਹੜਾ ਡਿਟੇਨਡ ਪਰਸਨ ਹੈ ਉਹਨੂੰ ਲੀਗਲ ਪ੍ਰੈਕਟੀਸ਼ਨਰ ਤੋਂ ਸਲਾਹ ਲੈਣ ਦੀ ਵੀ ਉਹਨੂੰ ਆਗਿਆ ਦਿੱਤੀ ਜਾਂਦੀ ਹੈ। ਬਟ ਜਿਹੜਾ ਇਹ ਨੈਸ਼ਨਲ ਸਿਕਿਉਰਿਟੀ ਐਕਟ ਹੈ ਇਹਦੇ ਵਿੱਚ ਜਿਹੜਾ ਕੁਛ ਆਪਾਂ ਉੱਪਰ ਪੜਿਆ ਹੈਗਾ ਇਹਦੇ ਨਾਲ ਲੈ ਕੇ ਕੋਈ ਲੈਣਾ ਦੇਣਾ ਨਹੀਂ ਹੈਗਾ। ਠੀਕ ਹੈ, ਕੋਈ ਵੀ ਬੇਸਿਕ ਰਾਈਟ ਉਸ ਬੰਦੇ ਨੂੰ ਦਿੱਤਾ ਨਹੀਂ ਜਾਂਦਾ, ਤਾਂ ਕਰਕੇ ਇਹਨੂੰ ਡਰੈਕੋਨੀਅਨ ਲਾਅ ਕਿਹਾ ਜਾਂਦਾ। ਅਗਲੀ ਨਿਊਜ਼ ਆ ਗਈ ਜੀ BCG ਵੈਕਸੀਨੇਸ਼ਨ ਦੇ ਨਾਲ ਰਿਲੇਟਡ। ਠੀਕ ਹੈ, ਕਾਫੀ ਸਾਰੇ ਹੁਣ ਤਜਰਬੇ ਚੱਲ ਰਹੇ ਨੇ ਇਸ ਕੋਰੋਨਾ ਵਾਇਰਸ ਦੀ ਬਿਮਾਰੀ ਦੇ ਨਾਲ ਲੜਨ ਦੇ ਲਈ। ਠੀਕ ਹੈ, ਵੀ ਕੋਈ ਤਜਰਬਾ ਸਫਲ ਹੋ ਜੇ, ਜਿਵੇਂ ਥੋੜੇ ਦਿਨ ਪਹਿਲਾਂ ਮੈਂ ਤੁਹਾਨੂੰ ਕਲੋਰੋ ਉਹ ਜਿਹੜੀ ਹਾਈਡਰੋਕਲੋਰੋਕੁਇਨ ਵੈਕਸੀਨ ਬਾਰੇ ਪੜ੍ਹਾਇਆ ਸੀਗਾ ਵੀ ਉਹ ਦਾ ਕਿਵੇਂ ਰਿਲੀਫ ਪਹੁੰਚਾਉਂਦੀ ਹੈ, ਠੀਕ ਹੈ, ਉਹ ਆਪਣੇ ਫੇਫੜਿਆਂ ਨੂੰ, ਉਹਦੇ ਬਾਰੇ ਮੈਂ ਤੁਹਾਨੂੰ ਪੜ੍ਹਾਇਆ ਸੀ। ਇਵੇਂ ਤਰ੍ਹਾਂ ਹੀ ਜਿਹੜੀ BCG ਵੈਕਸੀਨ ਹੈਗੀ ਇਹ ਹੁਣ ਖਬਰਾਂ ਦੇ ਵਿੱਚ ਆ ਗਈ। US ਦੇ ਵਿੱਚ ਰਿਸਰਚ ਹੋਈ ਹੈ ਇੱਕ, ਉਸ ਰਿਸਰਚ ਨੇ ਦੱਸਿਆ ਵੀ ਜਿਹੜੀ ਇਹ BCG ਵੈਕਸੀਨ ਹੈ ਇਹ ਕੋਰੋਨਾ ਵਾਇਰਸ ਦੇ ਨਾਲ ਲੜਨ ਦੇ ਲਈ ਇੱਕ ਗੇਮ ਚੇਂਜਰ ਸਾਬਿਤ ਹੋ ਸਕਦੀ ਹੈ। ਇਹਦੀ ਫੁੱਲ ਫੋਰਮ ਯਾਦ ਰੱਖਿਓ, ਬੈਸੀਲਸ ਕੈਲੀਮੈਟ ਗੁਇਰਿਨ। ਇਸ BCG ਵੈਕਸੀਨ ਬਾਰੇ ਆਪਾਂ ਗੱਲ ਕਰੀਏ ਤਾਂ ਦੇਖੋ ਇਹ ਵੈਕਸੀਨ ਜ਼ਿਆਦਾਤਰ, ਪਹਿਲੀ ਗੱਲ, ਕਿੱਥੇ ਕਿਹਦੇ ਵਾਸਤੇ ਦੇਈ ਜਾਂਦੀ ਹੈ? ਤਾਂ ਇਹ ਵੈਕਸੀਨ ਜਿਹੜੇ ਰੈਸਪੀਰੇਟਰੀ ਇਲਨੈਸ ਹੈਗੇ ਉਹਦੇ ਅਗੇਂਸਟ ਇਹ ਵੈਕਸੀਨ ਦਿੱਤੀ ਜਾਂਦੀ ਹੈ। ਤੇ ਜੇ ਆਪਾਂ ਸਪੈਸੀਫਿਕਲੀ ਕਹੀਏ ਤਾਂ ਜਿਹੜੇ ਟਿਊਬਰਕਲੋਸਿਸ ਦੀ ਬਿਮਾਰੀ ਹੈ ਉਹਦੇ ਲਈ ਇਹ ਵੈਕਸੀਨ ਦਿੱਤੀ ਜਾਂਦੀ ਹੈ ਲੋਕਾਂ ਨੂੰ ਜਿਹੜੇ TB ਟਿਊਬਰਕਲੋਸਿਸ ਤੋਂ ਪੀੜਿਤ ਹੋਣ। ਤੇ ਹੁਣ TB ਬਾਰੇ ਜੇ ਆਪਾਂ ਗੱਲ ਕਰੀਏ, ਦੇਖੋ TB, ਪਹਿਲੀ ਗੱਲ, ਇਹ ਵੈਕਸੀਨ ਹੁਣ ਕੋਰੋਨਾ ਵਾਇਰਸ ਦੇ ਨਾਲ, ਪਹਿਲੀ ਗੱਲ ਇਹ ਵੈਕਸੀਨ ਹੈਗੀ TB ਦੀ ਹੈ, ਕੋਰੋਨਾ ਵਾਇਰਸ ਦੇ ਨਾਲ ਲੜਨ ਦੇ ਲਈ ਇਹ ਵੈਕਸੀਨ ਕਿਵੇਂ ਕੰਮ ਆਊਗੀ ਉਹਦੇ ਬਾਰੇ ਵੀ ਪੜ੍ਹ ਲੈਣੇ। ਤਾਂ ਦੇਖੋ, ਕੋਰੋਨਾ ਵਾਇਰਸ ਵੀ ਐਂਡ ਜਾ ਕੇ ਨਿਮੋਨੀਆ ਕਰਦਾ, ਆਪਣੇ ਲੰਗਸ ਨੂੰ ਇਨਫੈਕਟ ਕਰਦਾ ਹੈਗਾ, ਸਾਹ ਲੈਣ ਦੇ ਵਿੱਚ ਦਿੱਕਤ ਆਉਂਦੀ ਹੈ। ਤੇ ਜਿਹੜੀ ਇਹ TB ਵੈਕਸੀਨ ਹੈਗੀ, ਟਿਊਬਰਕਲੋਸਿਸ ਜਿਹੜਾ ਰੋਗ ਹੁੰਦਾ ਹੈਗਾ, ਇਹ ਵੀ ਪ੍ਰਾਇਮਰੀਲੀ ਆਪਣੇ ਜਿਹੜੇ ਲੰਗਸ ਹੋ ਗਏ, ਫੇਫੜੇ ਹੋ ਗਏ, ਇਹਨਾਂ ਨੂੰ ਹੀ ਨੁਕਸਾਨ ਪਹੁੰਚਾਉਂਦਾ ਹੈਗਾ। ਤੇ ਹੁਣ ਦੇਖੋ ਫਰਕ ਕੀ ਹੈ ਇਸ ਵੈਕਸੀਨ ਨੂੰ ਯੂਜ਼ ਕਰਨ ਦਾ। ਤੇ ਆਪਾਂ ਨੇ ਹਲੇ ਤਾਂ ਤਜਰਬੇ ਹੀ ਚੱਲ ਰਹੇ ਨੇ, ਕਾਮਯਾਬ ਹੋਵੇ ਨਾ ਹੋਵੇ ਆਪਾਂ ਨੂੰ ਨਹੀਂ ਪਤਾ, ਬਸ ਆਪਾਂ ਇਹ ਪੜ੍ਹਨਾ ਹੈ। ਤਾਂ ਦੇਖੋ, ਕੋਈ ਵੀ ਵੈਕਸੀਨ ਹੈ, BCG ਵੈਕਸੀਨ ਨੂੰ ਤੁਸੀਂ ਭੁੱਲ ਜਾਓ, ਠੀਕ ਹੈ, ਕੋਈ ਵੀ ਵੈਕਸੀਨ ਦੀ ਆਪਾਂ ਗੱਲ ਕਰਦੇ ਹਾਂ, ਵੈਕਸੀਨ ਦਾ ਕੰਮ ਕੀ ਹੁੰਦਾ? ਕੋਈ ਵੀ ਡਿਜ਼ੀਜ਼ ਹੈਗਾ, ਕੋਈ ਵੀ ਬੈਕਟੀਰੀਆ, ਠੀਕ ਹੈ, ਉਹ ਆਪਣੀ ਫੋਰਸ ਕਰੋ ਬਾਡੀ ਦੇ ਉੱਪਰ ਅਟੈਕ ਕਰਦਾ ਹੈਗਾ। ਤਾਂ ਜਦੋਂ ਆਪਾਂ ਵੈਕਸੀਨ ਦਿੰਦੇ ਹਾਂ ਉਹ ਵੈਕਸੀਨ ਦੇ ਵਿੱਚ ਕੀ ਹੁੰਦਾ, ਵੈਕਸੀਨ ਦੇ ਵਿੱਚ ਉਸੇ ਬੈਕਟੀਰੀਆ ਦੇ ਜਿਹੜੇ ਆਪਣੀ ਬਾਡੀ ਦੇ ਉੱਪਰ ਅਟੈਕ ਕਰਦਾ, ਠੀਕ ਹੈ, ਉਹਦੇ ਥੋੜੇ ਜਿਹੇ ਵੀਕ ਸਟ੍ਰੇਨਸ ਹੁੰਦੇ ਨੇ, ਤਾਂ ਕਰਕੇ ਜਦੋਂ ਉਹ ਵੈਕਸੀਨ ਆਪਣੇ ਸਰੀਰ ਦੇ ਵਿੱਚ ਜਾਂਦੀ ਹੈ ਨਾ ਤਾਂ ਆਪਣੀ ਬਾਡੀ ਦੇ ਵਿੱਚ ਐਂਟੀਬਾਡੀਜ਼ ਡਿਵੈਲਪ ਹੋਣਾ ਸ਼ੁਰੂ ਹੋ ਜਾਂਦੇ ਨੇ ਜੋ ਕਿ ਉਸ ਬੈਕਟੀਰੀਆ ਨੂੰ ਖਤਮ ਕਰ ਦਿੰਦੇ ਨੇ, ਤੇ ਆਪਣਾ ਜਿਹੜਾ ਬਾਡੀ ਹੈ, ਆਪਣਾ ਸਰੀਰ ਹੈ, ਉਹ ਇਮਿਊਨ ਹੋ ਜਾਂਦਾ। ਤੇ ਮੋਸਟਲੀ ਜਿਹੜੀਆਂ ਇਹ ਵੈਕਸੀਨ ਹੁੰਦੀਆਂ ਨੇਗੀਆਂ ਇਹ ਸਿਰਫ ਕਿਸੇ ਪਰਟੀਕੂਲਰ ਜਿਹੜਾ ਡਿਜ਼ੀਜ਼ ਹੁੰਦਾ ਉਹਦੇ ਲਈ ਬਣਾਈ ਜਾਂਦੀਆਂ ਨੇ, ਉਹਦੇ ਲਈ ਦਿੱਤੀਆਂ ਜਾਂਦੀਆਂ ਨੇ, ਤੇ ਆਪਣੀ ਬਾਡੀ ਨੂੰ ਇਹ ਇਮਿਊਨ ਸਿਸਟਮ ਹੈ ਜਿਹੜਾ ਉਹਨੂੰ ਸਟਰੋਂਗ ਕਰ ਦਿੰਦੀ ਨੇ। ਹੁਣ
ਇਹ ਕਾਫ਼ੀ ਤਰ੍ਹਾਂ ਦੇ ਜਿਹੜੇ ਪੈਥੋਜਨ ਨੇਗੇ ਉਹਨਾਂ ਦੇ ਅਗੇਂਸਟ ਇਹ ਕੰਮ ਕਰ ਸਕਦੀ ਗੀ BCG ਵੈਕਸੀਨ, ਤਾਂ ਕਰਕੇ ਇਹਨੂੰ ਯੂਜ਼ ਕਰਿਆ ਯਾਰ ਕਰਨ ਦੇ ਤਜਰਬੇ ਨੇ ਵੀ ਤਜਰਬਾ ਕਰਕੇ ਦੇਖ ਲਓ ਵੀ ਜੇ ਇਹ ਕੰਮ ਆਉਂਦੀ ਹੈ ਜਾਂ ਨਹੀਂ। ਤੇ ਅਗਲੀ ਨਿਊਜ਼ ਆ ਗਈ ਜੀ, ਏਸ਼ੀਅਨ ਇਨਫਰਾਸਟ੍ਰਕਚਰ ਇਨਵੈਸਟਮੈਂਟ ਬੈਂਕ ਦੇ ਰਿਲੇਟਡ। ਕੋਰੋਨਾ ਵਾਇਰਸ ਦੀ ਬਿਮਾਰੀ ਦੇ ਨਾਲ ਲੜਨ ਦੇ ਲਈ ਮੈਡੀਕਲ ਇਨਫਰਾਸਟ੍ਰਕਚਰ ਚਾਹੀਦਾ ਹੈ, ਟੈਸਟਿੰਗ ਕਿੱਟਾਂ ਚਾਹੀਦੇ ਨੇ, ਉਹਦੇ ਵਾਸਤੇ ਪੈਸਾ ਲੈਣਾ ਆਪਾਂ ਨੇ ਭਾਰਤ ਨੇ, ਕਿ ਇਹਦੇ ਅੱਗੇ ਆਪਾਂ ਨੇ ਹੁਣ ਤਰਲੇ ਅੱਡਣ ਦੀ ਕੋਸ਼ਿਸ਼ ਚੱਲ ਰਹੀ ਹੈ, ਉਹ ਹੈ ਜੀ ਏਸ਼ੀਅਨ ਇਨਫਰਾਸਟ੍ਰਕਚਰ ਇਨਵੈਸਟਮੈਂਟ ਬੈਂਕ। ਇਹਦੇ ਨਾਲ ਗੱਲਾਂ ਚੱਲ ਰਹੀਆਂ ਵੀ 6 ਬਿਲੀਅਨ ਦਾ ਲੋਨ ਜੇ ਭਾਰਤ ਨੂੰ ਇਸ ਬੈਂਕ ਤੋਂ ਮਿਲ ਜੇ ਇਸ ਬਿਮਾਰੀ ਦੇ ਨਾਲ ਲੜਨ ਦੇ ਲਈ, ਸਮਝ ਨਹੀਂ ਆਉਂਦਾ ਠੀਕ ਹੈ ਇੰਨਾ ਪੈਸਾ ਲੋਕ ਦੇ ਰਹੇ ਨੇ ਫਿਰ ਵੀ, ਚਲੋ ਛੱਡੋ ਇਸ ਬੈਂਕ ਬਾਰੇ ਗੱਲ ਕਰਦੇ ਹਾਂ। ਤਾਂ ਦੇਖੋ ਇਹ ਇੱਕ ਬੈਂਕ ਹੈਗਾ ਜਿਹੜਾ ਬਣਾਇਆ ਗਿਆ ਸੀਗਾ ਇੱਕ ਟ੍ਰੀਟੀ ਦੇ ਤਹਿਤ, ਉਹ ਟ੍ਰੀਟੀ ਦਾ ਨਾਮ ਸੀ AIIB ਆਰਟੀਕਲਸ ਆਫ ਐਗਰੀਮੈਂਟ, 2015 ਦੇ ਵਿੱਚ ਸਾਈਨ ਹੋਈ ਸੀ 57 ਮੈਂਬਰ ਦੇਸ਼ਾਂ ਦੇ ਦੁਆਰਾ ਤੇ ਉਹ ਦੇਸ਼ ਇਹਦੇ ਮੈਂਬਰ ਬਣੇ। 2016 ਦੇ ਵਿੱਚ ਇਹ ਬੈਂਕ ਨੇ ਫੰਕਸ਼ਨਿੰਗ ਸਟਾਰਟ ਕਰਤੀ ਸੀ, ਚਾਈਨਾ ਦੇ ਬੀਜਿੰਗ ਵਿਖੇ ਇਹਦਾ ਹੈੱਡਕੁਆਟਰ ਹੈ। ਕੁਸਚਨ ਪੁੱਛਦਾ ਤੁਹਾਡੇ ਤੋਂ ਚਾਈਨਾ ਦੇ ਸ਼ਾਂਘਾਈ ਵਿਖੇ ਕਿਹੜੇ ਬੈਂਕ ਦਾ ਹੈੱਡਕੁਆਟਰ ਹੈਗਾ ਠੀਕ ਹੈ, ਤੇ ਉਹ ਦੱਸੋ ਉਹ ਜਿਹੜਾ ਉਹ ਬੈਂਕ ਹੈਗਾ ਉਹ ਕਿਹੜੀ ਇਸ ਗਰੁੱਪ ਕਿਹੜੀ ਕਿਸੇ ਗਰੁੱਪਿੰਗ ਦਾ ਉਹ ਸਾਂਝਾ ਬੈਂਕ ਹੈਗਾ, ਕਮੈਂਟ ਬੋਕਸ ਦੇ ਵਿੱਚ ਆਨਸਰ ਦੱਸੋ। ਸੋ ਇਸ ਬੈਂਕ ਨੂੰ ਸਥਾਪਿਤ ਕਰਨ ਦਾ ਮਕਸਦ ਸੀਗਾ ਵੀ ਜਿਹੜਾ ਏਸ਼ੀਆ ਰੀਜਨ ਹੈ ਉਹਦੇ ਵਿੱਚ ਜਿਹੜੇ ਸੋਸ਼ਲ ਤੇ ਇਕਨੋਮਿਕਸ ਠੀਕ ਹੈ ਜਿਹੜੇ ਡਿਵੈਲਪਮੈਂਟ ਚੈਲੰਜਸ ਨੇ ਉਹਨਾਂ ਨੂੰ ਐਡਰੈਸ ਕੀਤਾ ਜਾ ਸਕੇ। ਅੱਜ ਦੇ ਸਮੇਂ 97 ਦੇਸ਼ ਵਰਲਡ ਵਾਈਡ ਇਸ ਬੈਂਕ ਦੇ ਮੈਂਬਰ ਨੇਗੇ, ਇਨਕਲੂਡਿੰਗ ਜਿਹੜੇ ਏਸ਼ੀਆ ਤੋਂ ਬਾਹਰ ਦੇਸ਼ ਨੇ ਉਹ ਵੀ ਇਹਦੇ ਮੈਂਬਰ ਨੇ, ਜਿਵੇਂ ਕਿ G20 ਗਰੁੱਪਿੰਗ ਦੇ ਵਿੱਚ ਫਰਾਂਸ, ਜਰਮਨੀ, ਇਟਲੀ, UK, ਇਹ ਦੇਸ਼ ਵੀ ਇਸ ਬੈਂਕ ਦੇ ਮੈਂਬਰ ਨੇ। ਯਾਨੀ ਕਿ ਇਸ ਬੈਂਕ ਦੀ ਜਿਹੜੀ ਮੈਂਬਰਸ਼ਿਪ ਹੈ ਉਹ ਸਿਰਫ ਤੇ ਸਿਰਫ ਜਿਹੜੇ ਏਸ਼ੀਆ ਕੰਟੀਨੈਂਟ ਦੇ ਵਿੱਚ ਦੇਸ਼ ਹੁੰਦੇ ਨੇ ਉੱਥੇ ਤੱਕ ਸੀਮਿਤ ਨਹੀਂ ਹੈਗੀ, ਉਸ ਤੋਂ ਬਾਹਰਲੇ ਵੀ ਆਰਗੇਨਾਈਜੇਸ਼ਨ ਬੈਂਕ ਦੇਸ਼ ਉਹ ਇਸ ਬੈਂਕ ਦੇ ਮੈਂਬਰ ਬਣ ਸਕਦੇ ਨੇ। ਅੱਛਾ ਜੀ, ਇਸ ਬੈਂਕ ਦੀ ਵੋਟਿੰਗ ਸ਼ੇਅਰ ਦੀ ਗੱਲ ਕਰੀਏ ਤਾਂ ਦੇਖੋ ਇਸ ਬੈਂਕ ਦੇ ਵਿੱਚ ਜਿੰਨਾ ਕੰਟਰੀਬਿਊਸ਼ਨ ਦੇਸ਼ ਦੇਊਗਾ ਉਨੀ ਉਹਦੀ ਵੋਟਿੰਗ ਪਾਵਰ ਜ਼ਿਆਦਾ ਹੋਊਗੀ। ਤਾਂ ਦੇਖੋ ਚਾਈਨਾ ਇਸ ਬੈਂਕ ਦਾ ਸਭ ਤੋਂ ਜ਼ਿਆਦਾ ਵੱਡਾ ਲਾਰਜੈਸਟ ਸ਼ੇਅਰ ਹੋਲਡਰ ਹੈ, ਸੋ ਜਿੱਡਾ ਵੱਡਾ ਸ਼ੇਅਰ ਹੋਲਡਰ ਹੈਗਾ ਉਨਾ ਹੀ ਉਹਦਾ ਵੋਟਿੰਗ ਸ਼ੇਅਰ ਹੈ। ਸੋ ਇਸ ਜੇ 100% ਵੋਟਾਂ ਨੇ ਤਾਂ ਉਹਦੇ ਵਿੱਚ 26.61% ਵੋਟਿੰਗ ਸ਼ੇਅਰ ਚਾਈਨਾ ਹੀ ਆਪਦੇ ਕੋਲ ਰੱਖਦਾ ਹੈ। ਉਸ ਤੋਂ ਬਾਅਦ ਦੂਸਰਾ ਲਾਰਜੈਸਟ ਸ਼ੇਅਰ ਹੋਲਡਰ ਇਸ ਬੈਂਕ ਦਾ ਆਪਣਾ ਭਾਰਤ ਹੈਗਾ, 7.6% ਵੋਟਿੰਗ ਸ਼ੇਅਰ ਹੈ, ਫਿਰ ਰਸ਼ੀਆ, ਫਿਰ ਜਰਮਨੀ। ਓਬਜੈਕਟਿਵ ਗੋਲ ਕੀ ਨੇ ਇਸ ਬੈਂਕ ਨੂੰ ਬਣਾਉਣ ਦੇ, ਜਿਹੜੀ ਇਕਨੋਮਿਕ ਡਿਵੈਲਪਮੈਂਟਾਂ ਨੂੰ ਪੋਸਟਰ ਕਰਿਆ ਜਾਵੇ, ਡਿਵੈਲਪਮੈਂਟ ਚੈਲੰਜਸ ਆ ਰਹੇ ਨੇਗੇ, ਇਨਵੈਸਟਮੈਂਟ ਚੈਲੰਜਸ ਆ ਰਹੇ ਨੇ, ਉਹਨਾਂ ਨੂੰ ਮਿਲ ਕੇ ਐਡਰੈਸ ਕੀਤਾ ਜਾ ਸਕੇ ਸਾਰੇ ਮੈਂਬਰ ਦੇਸ਼ਾਂ ਦੇ ਨਾਲ ਠੀਕ ਹੈ। ਇਹ ਸਾਰੇ ਇਹਨਾਂ ਬੈਂਕਾਂ ਦੇ ਕਾਮਨ ਜੇ ਆਪਣੇ ਓਬਜੈਕਟਿਵ ਹੁੰਦੇ ਨੇ। ਤੇ ਇਸ ਬੈਂਕ ਨੂੰ ਲੈ ਕੇ UPSC ਨੇ ਕੁਸਚਨ ਪੁੱਛ ਰਿਹਾ ਸੀਗਾ 2019 ਦੇ ਪ੍ਰੀਲਿਮ ਐਗਜ਼ਾਮ ਦੇ ਵਿੱਚ, ਬੜਾ ਹੀ ਸਿੰਪਲ ਜਿਹਾ ਕੁਸਚਨ ਸੀਗਾ, ਤੁਸੀਂ ਇਹਦਾ ਆਨਸਰ ਕਮੈਂਟ ਬੋਕਸ ਦੇ ਵਿੱਚ ਕਰ ਸਕਦੇ। ਲਾਸਟ ਨਿਊਜ਼ ਆ ਗਈ ਦੀ ਰਾਊਂਡ ਟ੍ਰਿਪਿੰਗ ਦੇ ਨਾਲ ਰਿਲੇਟਡ, ਕੀ ਚੀਜ਼ ਹੈ। ਦੇਖੋ ਜਿਹੜਾ ਨਿਊਜ਼ ਚੈਨਲ ਹੈਗਾ NDTV ਨਿਊ ਦਿੱਲੀ ਟੈਲੀਵਿਜ਼ਨ ਲਿਮਿਟਡ ਠੀਕ ਹੈ, ਫੁੱਲ ਫੋਰਮ ਕਈ ਵਾਰ ਪਤਾ ਨਹੀਂ ਹੁੰਦੀ, ਮੈਨੂੰ ਵੀ ਅੱਜ ਪਤਾ ਲੱਗ ਚੱਲਿਆ NDTV ਦੀ ਫੁੱਲ ਫੋਰਮ ਨਿਊ ਦਿੱਲੀ ਟੈਲੀਵਿਜ਼ਨ ਲਿਮਿਟਡ, ਇਹਨਾਂ ਵਾਸਤੇ ਇੱਕ ਰਿਲੀਫ ਦੀ ਖਬਰ ਹੈਗੀ। ਇਨਕਮ ਟੈਕਸ ਡਿਪਾਰਟਮੈਂਟ ਨੇ ਇਹਨਾਂ ਦੇ ਉੱਪਰ ਮੈਡਲ ਪਾਉਣ ਦੀ ਕੋਸ਼ਿਸ਼ ਕੀਤੀ ਸੀ ਵੀ ਤੁਸੀਂ ਰਾਊਂਡ ਟ੍ਰਿਪਿੰਗ ਕਰਦੇ ਹੋ ਭਾਈ, ਆਪਦਾ UK-based ਜਿਹੜੀ ਸਬਸਿਡਰੀ ਹੈ ਉਹਨੂੰ ਤੁਸੀਂ ਨੇ ਪਿੱਛੇ ਜੇ 100 ਮਿਲੀਅਨ ਜਿਹੜੇ ਡਾਲਰ ਦੇ ਤੁਸੀਂ ਕੂਪਨ ਬੌਂਡ ਬਣਾਏ ਸੀਗੇ ਰਾਊਂਡ ਟ੍ਰਿਪਿੰਗ ਦੇ ਥਰੂ, ਤੇ ਉਹਨਾਂ ਨੂੰ ਰੀਅਸੈਸਮੈਂਟ ਨੋਟਿਸ ਭੇਜਿਆ ਗਿਆ ਸੀ, ਬਟ ਸੁਪਰੀਮ ਕੋਰਟ ਨੇ NDTV ਦਾ ਜਿਹੜਾ ਇਹ ਨੋਟਿਸ ਆਇਆ ਸੀ ਇਹਨੂੰ ਕੁਐਸ਼ ਕਰਤਾ। ਖਬਰ ਕੋਈ ਖਾਸ ਇੰਪੋਰਟੈਂਟ ਨਹੀਂ, ਇੰਪੋਰਟੈਂਟ ਕੀ ਹੈ ਜਿਹੜੀ ਇਹ ਇਕਨੋਮੀ ਦੀ ਟਰਮ ਹੈ, ਅੱਜ ਇਕਨੋਮੀ ਦੀ ਖਬਰ ਪੜ੍ਹਦੇ ਆਪਾਂ, ਰਾਊਂਡ ਟ੍ਰਿਪਿੰਗ ਇਹ ਕੀ ਚੀਜ਼ ਹੈ। ਤਾਂ ਦੇਖੋ ਰਾਊਂਡ ਟ੍ਰਿਪਿੰਗ ਕੀ ਚੀਜ਼ ਹੁੰਦੀ ਹੈ, ਇਹਦੇ ਵਿੱਚ ਇਹ ਉਹ ਪੈਸਾ ਹੁੰਦਾ ਰਾਊਂਡ ਟ੍ਰਿਪਿੰਗ ਦੇ ਵਿੱਚ ਜਿਹੜਾ ਕਿਸੇ ਇੱਕ ਦੇਸ਼ ਨੂੰ ਛੱਡ ਕੇ ਵੱਖ ਵੱਖ ਚੈਨਲ ਦੇ ਥਰੂ ਜਾਂਦਾ ਕਿਸੇ ਹੋਰ ਦੇਸ਼ ਦੇ ਵਿੱਚ ਤੇ ਉੱਥੋਂ ਵਾਪਿਸ ਉਸੇ ਦੇਸ਼ ਦੇ ਵਿੱਚ ਆਉਂਦਾ ਇਨਵੈਸਟਮੈਂਟ ਦੇ ਥਰੂ। ਫਰਜ਼ ਕਰੋ 100 ਕਰੋੜ ਦੀ ਤੁਹਾਡੇ ਕੋਲ ਬਲੈਕ ਮਨੀ ਹੈ, ਇਹ ਜਿਹੜੀ ਰਾਊਂਡ ਟ੍ਰਿਪਿੰਗ ਹੈ ਇਹਦੇ ਵਿੱਚ ਜ਼ਿਆਦਾਤਰ ਬਲੈਕ ਮਨੀ ਹੁੰਦੀ ਹੈ ਨਾ, ਇਹਨੂੰ ਕਿਸੇ ਤਰੀਕੇ ਵਾਈਟ ਕਰਨਾ ਹੁੰਦਾ ਤਾਂ ਕਰਕੇ ਵਰਤੀ ਜਾਂਦੀ ਹੁੰਦੀ। ਹੁਣ ਫਰਜ਼ ਕਰੋ ਤੁਹਾਡੇ ਕੋਲ 100 ਕਰੋੜ ਰੁਪਈਆ ਬਲੈਕ ਮਨੀ ਹੈ, ਬਲੈਕ ਮਨੀ ਨੂੰ ਤਾਂ ਤੁਸੀਂ ਵਰਤ ਨਹੀਂ ਸਕਦੇ, ਉਹਨੂੰ ਤੁਸੀਂ ਕੀ ਕਰੋਗੇ ਅੱਡ ਅੱਡ ਤੋੜ ਕੇ ਵੱਖ ਵੱਖ ਚੈਨਲ ਦੇ ਥਰੂ ਕਿਸੇ ਦੂਸਰੇ ਦੇਸ਼ ਦੇ ਵਿੱਚ ਭੇਜ ਦੋਗੇ ਜਿੱਥੇ ਤੁਹਾਨੂੰ ਟੈਕਸ ਕਨਸੈਸ਼ਨ ਮਿਲ ਜੇ, ਜਿੱਥੇ ਟੈਕਸ ਲਾਅ ਕਾਫੀ ਜ਼ਿਆਦਾ ਲੀਨੀਅਟ ਨੇ ਥੋੜੇ ਅਦਾਰਤ ਵਾਲੇ ਨੇ, ਤੇ ਉੱਥੋਂ ਪੈਸਾ ਹੋਜੂਗਾ ਵਾਈਟ। ਤੇ ਵਾਪਿਸ ਜੇ ਭਾਰਤ ਦੇ ਵਿੱਚ ਹੀ ਉਹ ਪੈਸਾ ਲਾਉਣਾ ਤਾਂ ਤੁਸੀਂ ਇਨਵੈਸਟਮੈਂਟ ਦੇ ਥਰੂ ਲਗਾ ਸਕਦੇ ਹੋ। ਤੇ ਇਹ ਰਾਊਂਡ ਟ੍ਰਿਪਿੰਗ ਦੇ ਥਰੂ ਜਿਹੜਾ ਪੈਸਾ ਆਇਆ ਹੁੰਦਾ ਇਨਵੈਸਟਮੈਂਟ ਦੇ ਲਈ ਤਾਂ ਉਹ ਜ਼ਿਆਦਾਤਰ ਜਿਹੜਾ ਆਪਣੇ ਸਟਾਕ ਪ੍ਰਾਈਸ ਹੁੰਦਾ ਉਹਨੂੰ ਮੈਨੀਪੁਲੇਟ ਕਰਨ ਦੇ ਲਈ ਵਰਤਿਆ ਜਾਂਦਾ, ਕਿਸੇ ਕੰਪਨੀ ਦੇ ਸਟਾਕ ਵਧਾਉਣੇ ਚੜਾਉਣੇ ਨੇ ਉਹਦੇ ਵਿੱਚ ਇਨਵੈਸਟਮੈਂਟ ਕਰ ਦਿਓ ਠੀਕ ਹੈ। ਸੋ ਇਹ ਥੋੜੀ ਜਿਹੀ ਮੈਨੀਪੁਲੇਸ਼ਨ ਕਰਨ ਦੇ ਲਈ ਰਾਊਂਡ ਟ੍ਰਿਪਿੰਗ ਵਰਤੀ ਜਾਂਦੀ ਹੈਗੀ। ਸੋ ਇਹਨੂੰ ਕਹਿੰਦੇ ਨੇ ਜੀ ਰਾਊਂਡ ਟ੍ਰਿਪਿੰਗ, ਤੇ ਇਨਵੈਸਟਮੈਂਟ ਦੇ ਰੂਪ ਦੇ ਵਿੱਚ ਆਪਾਂ ਇੰਡੀਅਨ ਐਸੈਟ ਖਰੀਦਣੇ ਵਾਪਸ ਜੇ ਇੱਥੇ ਹੀ ਪੈਸਾ ਇਨਵੈਸਟ ਕਰਨਾ ਤਾਂ ਇਹ ਥੋੜ੍ਹਾ ਜਿਹਾ ਧੁੰਦਲੇਬਾਜ਼ੀ ਚੱਲਦੀ ਹੈ, ਇਹ ਯੂਜ਼ ਕਰਿਆ ਜਾਂਦਾ। ਸੋ ਇਹ ਸੀ ਆਪਣਾ ਸਾਰਾ ਅੱਜ ਦਾ ਐਨਾਲਿਸਿਸ, ਮਿਲਦੇ ਹਾਂ ਕੱਲ੍ਹ ਦੀ ਨਿਊਜ਼ ਦੇ ਨਾਲ, ਧੰਨਵਾਦ।